ਮਨੁੱਖ ਸਵਾਲ ਕਰ ਸਕਦਾ ਹੈ ਇਨ੍ਹਾਂ ਦੇ ਵੀ ਦੇਵਤਿਆਂ ਨੂੰ ਬੜੇ ਗਹਿਰੇ ઋષਿ ਮੁਨੀਆਂ ਨੂੰ ਅੰਮ੍ਰਿਤ ਖੋਜਣ ਦੀ ਲੋੜ ਕਿ ਪੈ ਗਈ ਹੈ ਅੰਮ੍ਰਿਤ ਦੇ ਅਰਥ ਨੇ ਮਰਤੂ ਤੋਂ ਰਹਿ ਤੋਣਾ ਜਿਸ ਮਨੁੱਖ ਨੂੰ ਵੀ ਮੌਤ ਇਹ اٹਲ ਸਚਾਈ ਦਿਖਾਈ ਪੈ ਜਾਂਦੀ ਹੈ ਉਹ ਤੇ ਖੋਜ ਕਰਦਾ ਹੈ ਅੰਮ੍ਰਿਤ ਦੀ ਇਹ ਪ੍ਰਥਮ ਸੱਚ ਹੈ ਪਰਮਾਤਮਾ ਸੱਚ ਅਕਾਲ ਸੱਚ ਕਾਲ ਵੀ ਸੱਚ ਅਕਾਲ ਸਰਬਵਿਆਪਕ ਕਾਲ ਵੀ ਸਰਬਵਿਆਪਕ ਫਿਰ ਅਕਾਲ ਇਹ ਵੀ ਸਮਦਰਿਸ਼ਟ ਹੈ ਸਾਰਿਆਂ ਦੇ ਨਾਲ ਇੱਕ ਜੈਸਾ ਵਰਤਾਵ ਕਰਨਾ ਭਗਤ ਇਹ ਆਖਦੇ ਨੇ ਕਾਲ ਵੀ ਸਮਦਰਿਸ਼ਟ ਹੈ ਇੱਕ ਜੈਸੀ ਦ੍ਰਿਸ਼ਟੀ ਰੱਖਦਾ ਹੈ ਪਰਮਾਤਮਾ ਕਾਲ ਵੀ ਇੱਕ ਜੈਸੀ ਦ੍ਰਿਸ਼ਟੀ ਰੱਖਦਾ ਹੈ ਰਾਜਾ ਪਰ ਜਾ ਸਮ ਕਰ ਮਾਰੇ ਐਸੋ ਕਾਲ ਬਿੜਾ ਨਹੀਂ ਰਿਹਾ ਰਾਜਾ ਤੇ ਪਰ ਜਾ ਕਾਲ ਇਹਨਾਂ ਦੇ ਤਾਂ ਹੀ ਸਮ ਦ੍ਰਿਸ਼ਟੀ ਰੱਖਦਾ ਹੈ ਭੇਦ ਭਾਵ ਨਹੀਂ ਕਰਦਾ ਸਮ ਕਰ ਮਾਰੇ ਪਰਮਾਤਮਾ ਦੇ ਬੇਅੰਤ ਗੁਣਾਂ ਦੇ ਵਿੱਚੋਂ ਸਤਿਗੁਰ ਪਰਮਾਤਮਾ ਦਾ ਗੁਣ ਬਿਆਨ ਕਰਦੇ ਨੇ ਆਨੰਦ ਸਤ ਚਿਤ ਆਨੰਦ ਮਹਾਰਾਜ ਆਖਦੇ ਨੇ ਕਾਲ ਦਾ ਵੀ ਇਹ ਗੁਣ ਹੈ ਆਨੰਦ ਪਰਮਾਤਮਾ ਵੀ ਪਰਸੰਨ ਚੇਤ ਹੈ ਕਾਲ ਵੀ ਹੱਸਦੇ ਹੈ ਕਾਲ ਹੱਸਦਾ ਹੈ ਮਨੁੱਖਾਂ ਦੀ ਅਣਜਾਣਤਾ ਦੇ ਉੱਪਰ ਜਨਨੀ ਜਾਣਤ ਸੁਤ ਬਡਾ ਹੋਤ ਹੈ ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਦ ਕੱਟਤ ਹੈ ਮੋਰ ਮੋਰ ਕਰ ਅਧਿਕ ਲਾਡ ਤਰ ਪੇਖਤ ਹੀ ਜਮਰਾਉ ਹਸੈ ਮਾਂ ਜਾਣਦੀ ਏ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ ਮਹਾਰਾਜ ਕਹਿੰਦੇ ਨਹੀਂ ਜਾਣਦੀ ਇਹ ਤੇ ਦਿਨ ਬਾ ਦਿਨ ਛੋਟਾ ਹੋ ਰਿਹਾ ਹੈ ਮੋਰ ਮੋਰ ਕਰ ਅਧਿਕ ਲਾਡ ਤਰ ਜਿਉਂ ਜਿਉਂ ਬੱਚਾ ਵੱਡਾ ਹੁੰਦਾ ਹੈ ਮਾਂ ਦਾ ਪਿਆਰ ਵੱਧਦਾ ਹੀ ਜਾਂਦਾ ਹੈ ਅਧਿਕ ਲਾਡ ਤਰ ਪੇਖਤ ਹੀ ਜਮਰਾਉ ਹਸੈ ਭਗਤ ਕਬੀਰ ਜਮਰਾਓ ਹਸਰੇ ਐ ਆ ਤੈ ਮੇਰੀ ਤਰਫ ਰੇ ਮਾਨ ਜਾਨ ਬਚਾ ਵੀਣ ਜਾਂ ਪਰਮਾਤਮਾ ਆਨੰਦ ਕਾਲ ਵੀ ਆਨੰਦ ਅਕਾਲ ਉਹ ਵੀ ਬੋਲ ਰਿਹਾ ਭਗਤ ਆਖਦੇ ਨੇ ਕਾਲ ਵੀ ਬੋਲ ਰਿਹਾ ਫਰੀਦਾ ਗੋਰ ਨਿਮਾਣੀ ਸਾਡ ਕਰੇ ਨੇ ਕਰਿਆਂ ਕਰ ਆਓ ਸਾਡ ਆਖਦੇ ਨੇ ਆਵਾਜ਼ ਨੂੰ ਕਬਰ ਕਾਲ ਆਵਾਜ਼ਾਂ ਮਾਰ ਰਿਹਾ ਹੈ ਗੌਰ ਨਿਮਾਣੀ ਸੱਡ ਕਰੇ ਨੇ ਕਰਿਆਂ ਕਰ ਆਓ ਸਰ ਪਰ ਮੈਥੇ ਆਵਣਾ ਮਰਨੋਂ ਨਾ ਡਰਿਆਓ ਕਿਤਨਾ ਵੀ ਤੂੰ ਯਤਨ ਕਰੇ ਸਰ ਪਰ ਆਖਦੇ ਨੇ ਲਾਜ਼ਮੀ ਲਾਜ਼ਮੀ ਤੂੰ ਇਥੇ ਪਹੁੰਚ ਜਾਏਗਾ ਮਰਨੋਂ ਨਾ ਡਰਿਆਓ ਤੂੰ ਨਾ ਡਰਨਾ ਕਰ ਔਰ ਜਿਸ ਮਨੁੱਖ ਨੂੰ ਕਾਲ ਦੀ ਆਵਾਜ਼ ਗੁਰੂ ਕਹਿੰਦਾ ਹੈ ਕਾਲ ਦੀ ਆਵਾਜ਼ ਨੂੰ ਸੁਣ ਜਿਹਨੂੰ ਸੁਣਾਈ ਪੈ ਜਾਂਦੀ ਹੈ ਉਹ ਹੀ ਸਮਰੱਥ ਹੁੰਦਾ ਹੈ ਅਕਾਲ ਦੀ ਆਵਾਜ਼ ਸੁਣਨ ਨੂੰ ਮਾਨੁਖ ਯਤਨ ਕਰਦਾ ਰਹਿੰਦਾ ਹੈ ਅਧੂਰੇ ਗੁਰੂ ਬਿਲਕੁਲ ਮਾਨੁਖ ਦੇ ਨਾਲ ਮੇਲ ਖਾਂਦੇ ਨੇ ਬਹੁਤੇ ਇਸ ਵਾਸਤੇ ਮੰਨਣ ਲੱਗ ਪੈਂਦੇ ਨੇ ਮਾਨੁਖ ਵੀ ਡਰਦਾ ਹੈ ਅਧੂਰਾ ਗੁਰੂ ਵੀ ਡਰਦਾ ਹੈ ਉਹ ਮੌਤ ਦੀ ਕਿਧਰੇ ਗੱਲ ਹੀ ਨਹੀਂ ਕਰਦਾ ਮਨੁੱਖ ਵੀ ਕਹਿੰਦਾ ਹੈ ਮੌਤ ਦੀ ਗੱਲ ਨਾ ਕੀਤੀ ਜਾਏ ਪੂਰਾ ਗੁਰੂ ਮੌਤ ਦੀ ਵਿਚਾਰ ਕਰਦਾ ਹੈ ਮਨੁੱਖ ਦੇ ਅੱਗੇ ਵਾਰ-ਵਾਰ ਇਸ ਸਚਾਈ ਨੂੰ ਬਿਆਨ ਕਰਦਾ ਹੈ ਮਨ ਇਸ ਸਚਾਈ ਨੂੰ ਕਿਸ ਵਾਸਤੇ ਬਿਆਨ ਕਰ ਰਿਹਾ ਹੈ ਕਿਸ ਵਾਸਤੇ ਮੰਨਣ ਦੀ ਤਾਕੀਦ ਕਰ ਰਿਹਾ ਹੈ ਮੌਤ ਨੂੰ ਮੰਨਣ ਦੇ ਵਾਰ-ਵਾਰ ਵਿਚਾਰ ਬਿਆਨ ਕਰਨੀ ਤਾਕੀਦ ਕਰਨੀ ਤੂੰ ਮੌਤ ਤੋਂ ਰਹਿਤ ਹੋ ਸਕੀ ਕਬੀਰ ਜੀ ਤੇ ਐਲਾਨੀਆਂ ਆਖਦੇ ਨੇ ਅਬ ਕੈਸੇ ਮਰੂੰ ਮੈਂ ਕਿਸ ਤਰ੍ਹਾਂ ਦੇ ਨਾਲ ਮਰਾਂ ਮਰਨ ਮਨ ਮੰਨਿਆ ਮੇਰੇ ਮਨ ਨੇ ਇਸ ਸਚਾਈ ਨੂੰ ਮੌਤ ਨੂੰ ਕੀ ਮੰਨਿਆ ਪੂਰੇ ਗੁਰੂ ਨੇ ਮੇਰੇ ਤਾਂ ਹੀ ਵਾਰ-ਵਾਰ ਬਿਆਨ ਕਰਨਾ ਕੀਤਾ ਹੈ ਮੇਤੇ ਮੌਤ ਤੋ ਹੀ ਰਹਿਤ ਹੋ ਗਏ ਹੁਣ ਮੈਂ ਨਹੀਂ ਮਰਾਂਗਾ ਮਨ ਜੋਤ ਹੋ ਗਿਆ ਨਿਰਪਾਉ ਹੋ ਗਿਆ ਆਪਣੇ ਸਮੇਂ ਦਾ ਬੜਾ ਗਹਿਰਾ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਕਿਸ ਤਰ੍ਹਾਂ ਦੇ ਨਾਲ ਜਾਣੀਏ ਕੋਈ ਮਨੁੱਖ ਧਾਰਮਿਕ ਹੋ ਗਿਆ ਮਨੁੱਖ ਤੇ ਬੜੀ 체ਤੀ ਦੇ ਨਾਲ ਆਖਣ ਲੱਗ ਪੈਂਦੇ ਨੇ ਧਾਰਮਿਕ ਮਨੁੱਖ ਹੈ ਇਹ ਧਾਰਮਿਕ ਮਨੁੱਖ ਹੈ ਯਾ ਧਾਰਮਿਕ ਮਨੁੱਖ ਹੋਣ ਦੀ ਸਾਧਨਾ ਕਰ ਰਹੇ ਬੜੇ ਮਨੁੱਖ ਧਾਰਮਿਕ ਮਨੁੱਖ ਨਹੀਂ ਹੁੰਦੇ ਧਾਰਮਿਕ ਹੋਣ ਦੀ ਸਾਧਨਾ ਕਰਨ ਕਰ ਰਹੇ ਹੁੰਦੇ ਨੇ ਦੂਸਰੇ ਕਹਿਣ ਲੱਗ ਪੈਂਦੇ ਨੇ ਧਾਰਮਿਕ ਮਨੁੱਖ ਹੈ ਕਿਹੜੀ ਨਿਸ਼ਾਨੀ ਤੋਂ ਜਾਣੀਏ ਇਹ ਕਹਿੰਦਾ ਇੱਕ ਨਿਸ਼ਾਨੀ ਹੈ ਜੋ ਮੈਂ ਬਿਆਨ ਕਰ ਸਕਦਾ ਨਿਸ਼ਾਨੀਆਂ ਮਰਦੇ ਮੋਮਨ ਖੁਦਾ ਸ਼ਨਾਸ ਮਨੁੱਖ ਦੀ ਨਿਸ਼ਾਨੀ ਬਤੇ ਗੋਇਮ ਮੈਂ ਬਿਆਨ ਕਰ ਰਿਹਾ ਤੂੰ ਇਸ ਨਿਸ਼ਾਨੀ ਤੋਂ ਪਰਖੀ ਚੂ ਮਰ ਗਾਇਦ ਤਬਸੰਬਰ ਲਬੇ ਉਸ ਕਹਿੰਦਾ ਮੌਤ ਆ ਰਹੀ ਹੋਵੇ ਔਰ ਦੇਖ ਕਰਕੇ ਚਿਹਰੇ ਤੇ ਮੁਸਕਰਾਹਟ ਆ ਜਾਏ ਕਿਸੇ ਵੀ ਮਨੁੱਖ ਨੂੰ ਜਾਨ ਸਮੇਂ ਦੇਖਣਾ ਜਾਨ ਲਗਿਆਂ ਦੇਖੀ ਅਗਰ ਤੇ ਉਹਦੇ ਅੰਤਮ ਸਮੇਂ ਉਹਦੇ ਚਿਹਰੇ ਤੇ ਮੁਸਕਰਾਹਟ ਹੈ ਇਹ ਮਨੁੱਖ ਧਾਰਮਿਕ ਮਨੁੱਖ ਹੈ ਨਿਸ਼ਾਨੀਆਂ ਮਰਦ-ਏ-ਮੋਮਨ ਬਤੇ ਗੋਇਮ ਜੋ ਮਰ ਗਾਇਦ ਤਬਸੰਬਰ ਲਬੇ ਉਸ ਚਿਹਰੇ ਤੇ ਮੁਸਕਰਾਹਟ ਹੋਵੇ ਅੰਤਮ ਸਮੇਂ ਕਹਿੰਦਾ ਅਗਰ ਚਿਹਰੇ ਤੇ ਮੁਸਕਰਾਹਟ ਨਹੀਂ ਹੈ ਇਹ ਮਨੁੱਖ ਸਾਧਨਾ ਕਰ ਰਿਹਾ ਹੋਵੇਗਾ ਔਰ ਸਾਧਨਾ ਦੇ ਵਿੱਚ ਸਫਲ ਨਹੀਂ ਹੋਇਆ ਹੋਵੇਗਾ ਸਫਲ ਹੋਏ ਮਨੁੱਖ ਦੀ ਇਹ ਨਿਸ਼ਾਨੀ ਹੈ ਉਹਦੇ ਅੰਦਰ ਅੱਤੀ ਮਾਤਰ ਵੀ ਪਾਉ ਨਹੀਂ ਹੁੰਦਾ ਔਰ ਬੜਾ ਗਹਿਰਾ ਡਰਤੇ ਹੀ ਮੌਤ ਦਾ ਜਨਮ ਮਰਨ ਦਾ ਗੁਰਪੂਰਾ ਨਿਰਪਾਉ ਸਦਾ ਜਨਮ ਮਰਨ ਜੰਮ ਡਰੈ ਉਤਾਰੇ ਇਸ ਡਰ ਨੂੰ ਉਤਾਰ ਕੇ ਰੱਖ ਦਿੰਦਾ ਜੋਗੀ ਅੱਲਾ ਯਾਰ ਖਾਂ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦੀ ਉਹਨੇ ਸ਼ਹੀਦੀ ਬਿਆਨ ਕਰਨਾ ਕੀਤੀ ਗੰਗੇ ਸ਼ਹੀਦਾ ਸ਼ਹੀਦਾਨੇ ਵਫਾ ਛੋਟੇ ਸਾਬਜ਼ਾਦਿਆਂ ਦੇ ਬਾਰੇ ਗੰਜੇ ਸ਼ਹੀਦਾਂ ਵੱਡੇ ਸਾਬਜ਼ਾਦਿਆਂ ਦੀ ਸ਼ਹੀਦੀ ਔਰ ਇਹ ਮੁਸਲਮਾਨ ਸ਼ਾਇਰ ਆਪਣੀਆਂ ਰਚਨਾਵਾਂ ਦੇ ਵਿੱਚ ਬੜੀਆਂ ਗਹਿਰੀਆਂ ਵਿਚਾਰਾਂ ਬਿਆਨ ਕਰਦਾ ਹੈ ਬੋਲਾਂ ਤੋਂ ਪਤਾ ਚੱਲਦਾ ਹੈ ਬੜੀ ਗਹਿਰੀ ਸੂਝ-ਬੂਝ ਦਾ ਏ ਮਾਲਕ ਸੀ ਔਰ ਬੜੀ ਉੱਚੀ ਅਵਸਥਾ ਦਾ ਮਾਲਕ ਸੀ ਬੋਲਾਂ ਤੋਂ ਮਨੁੱਖ ਦਾ ਪਤਾ ਚੱਲਦਾ ਹੈ ਇਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਤ ਦੇ ਸਮੇਂ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਭੁੱਖੇ ਸਿੰਘਾਂ ਦੇ ਨਾਲ ਕਈ ਮਨੁੱਖ ਉਹ ਉਹਨਾਂ ਨੇ ਗੋੜੇ ਦੇ ਵਸਤਰਾਂ ਨੂੰ ਉਤਾਰ ਕਰਕੇ ਆਰਾਮ ਕਰਨਾ ਕੀਤਾ ਕਈਆਂ ਨੇ ਪਹਿਰਾ ਦੇਣਾ ਕੀਤਾ ਅਗਲਾ ਦਿਨ ਚੜਿਆ ਪੰਜ-ਪੰਜ ਦੇ ਸਿੰਘ ਜਥੇ ਬਣਾ ਕਰਕੇ ਬਾਹਰ ਜਾ ਕਰਕੇ ਜੰਗ ਕਰਨ ਲੱਗੇ ਫਿਰ ਸਾਬ ਜادہ ਅਜੀਤ ਸਿੰਘ ਨੇ ਆਗਿਆ ਮੰਨਣਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਣਾ ਕੀਤੀ ਬੜਾ ਪਾਰੀ ਜੰਗ ਦੀ ਵਿਆਖਿਆ ਬਿਆਨ ਕਰਦਾ ਹੈ ਸਾਬ ਜادہ ਅਜੀਤ ਸਿੰਘ ਦੇ ਬੜਾ ਬਾ ਕਮਾਲ ਉਹਨਾਂ ਨੇ ਜੰਗ ਕਰਨਾ ਕੀਤਾ ਫਿਰ ਕਹਿੰਦਾ ਬਰਸ਼ੀ ਆ ਕਰਕੇ ਲੱਗੀ ਮਗਰੋਂ ਕਿਸੇ ਨੇ ਮਾਰੀ बेटे को शहादत मिली देखा जो پسر نے طوفاں بپا غم سے کیا دیدائے ترنے کہندا ہے گرو गोविंद सिंह जी महाराज ساتھیان دے نال صاحب جادہ جوجار سنگ دے نال گاڑی دے وچوں صاحب جادہ अजीत सिंह نو جنگ کردیاں دیکھ رہے سی پیچھےوں کسے نے برچی ماری اور صاحب جادہ अजीत सिंह گھوڑے تو تھلے ਡਿگ گئے ਸ਼ਹਾਦਤ ਦਾ ਜਾਮ ਪੀਣਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖਿਆ ਬੜੇ ਜੋਸ਼ ਦੇ ਵਿੱਚ ਆਏ ਬੀਰ ਰਸ ਦੇ ਵਿੱਚ ਆਏ ਜੋਗੀ ਅਲਾ ਯਾਰ ਖਾਨ ਲਿਖਦਾ ਹੈ ਸਾਹਿਬ ਜੁਝਾਰ ਸਿੰਘ ਮਗਰ ਖੜੇ ਸਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੋਢੇ ਤੇ ਹੱਥ ਰੱਖਣਾ ਕੀਤਾ ਨਿਰਮਲ ਗਿਆਨ